ਲੈ ਵੀ ਭਰਾਵਾ ਅੱਜ ਅਸੀਂ ਪਹੁੰਚੇਗੇ ਬਰਨਾਲਾ ਵਿਖੇ ਚਾਰ ਜਲੀਆਂ ਸਕੂਟਰੀਆਂ ਆਪਾਂ ਲਏ ਨਹੀਂ ਸੀਗੇ ਅਤੇ ਆਏ ਸੀ ਬਾਈਆਂ ਕੋਲ ਦੇਖਣ ਵਾਸਤੇ ਚਲਾ ਕੇ ਦੇਖੀ ਸੀਗੀ ਠੀਕ ਆ ਚੀਜ਼ ਵਧੀਆ ਆ ਗਈ ਜਿਵੇਂ ਬੈਟਰੀ 'ਤੇ ਚੱਲਦੀ ਹੈਗੀ ਵੀ ਕੋਈ ਬੜੀ ਸਪੀਡ ਤਾਂ ਹੈ ਨਹੀਂ ਸੀ ਵੀਡੀਓ ਪਾਵਾਂਗੇ ਠੀਕ ਆ ਸਪੀਡ 'ਤੇ ਇਹਦੀ ਵੀ ਕਿੰਨਾ ਕੀ ਗੱਲਬਾਤ ਹੈਗੀ ਆਹ ਮਾਡਲ ਆਉਂਦੇ ਇਹਨਾਂ ਦੇ ਵਿੱਚ ਬਾਕੀ ਇਹਦੇ ਫੀਚਰਾਂ ਬਾਰੇ ਆਪਾਂ ਗੱਲ ਕਰਾਉਂਦੇ ਹਾਂ ਬਾਈ ਨਾਲ ਉਹਨੂੰ ਪੁੱਛਦੇ ਹਾਂ ਵੀ ਇਹਦੇ ਵਿੱਚ ਕੀ ਫੀਚਰ ਆ ਗਏ ਆ ਜੋ ਕਰਾਉਂਦੇ ਹਾਂ ਬਾਈ ਨਾਲ ਗੱਲ ਕਰਦੇ ਹਾਂ ਬਾਈ ਨਾਲ ਗੱਲਬਾਤ ਵੀ ਕੀ ਫੀਚਰ ਆ ਇਹਨਾਂ ਦੇ ਸਕੂਟਰੀਆਂ ਦੇ ਕਿਹੜੀ ਕੰਪਨੀ ਆ ਦੱਸੋ ਬਾਈ ਫਿਰ ਇਹ ਬਾਈ ਜੀ ਮੰਤਰਾ ਕੰਪਨੀ ਹੈ ਜੀ ਉਹਦਾ ਰਾਇਲ ਮਾਡਲ ਆ ਜੀ ਇਹਦੇ ਵਿੱਚ ਚਾਰ ਬੈਂਟਰੀਆਂ ਨੇ ਜੀ ਚਾਰ ਬੈਂਟਰੀਆਂ ਨਾਲ ਇਹ 55 ਤੋਂ 60 ਕਿਲੋਮੀਟਰ ਕੱਢਦੀ ਹੈ ਜੀ ਇੱਕ ਆਪਸ਼ਨ ਇਹਦੇ ਵਿੱਚ 5ਵੀਂ ਬੈਟਰੀ ਦੀ ਆ ਉਹਦੇ ਨਾਲ 70 ਕਿਲੋਮੀਟਰ ਕੱਢਦੀ ਹੈ ਜੀ ਚਾਰਜ ਕਿੰਨੇ ਟਾਈਮ 'ਚ ਹੋ ਜਾਂਦੀ ਹੈ ਬਾਈ ਫਿਰ ਇਹ 7 ਘੰਟੇ ਲਾ ਲੈਂਦੀ ਹੈ ਜੀ ਚਾਰਜ ਨੂੰ ਕਿੰਨੇ ਕਿਲੋਮੀਟਰ ਜਾਂਦੀ ਹੈ ਚਾਰਜ ਕਰਕੇ ਪੂਰੀ ਵੱਲ ਇਹ 55 ਤੋਂ 60 ਦੇ ਵਿੱਚ ਜੀ 55 ਤੋਂ 60 ਵਰਸ ਗੇਰ ਵੀ ਹੈ ਜੀ ਗੇਮ ਬਾਈ ਜਾਣ 'ਚ ਕਈ ਵਾਰ ਆਪਾਂ ਤੋਂ ਮਤਲਬ ਮੂਹਰੇ ਬੈਕ ਨਹੀਂ ਹੁੰਦੇ ਬੈਕ ਲਈ ਅਤੇ ਥਰਡ ਸਪੀਡ ਆ ਜੀ ਇਹ ਫਾਸਟ ਸੈਕਿੰਡ ਅਤੇ ਥਰਡ ਜੀ ਇਸ ਤੋਂ ਬਾਅਦ ਜਿਹਦੇ ਪਾਰਕਿੰਗ ਦੇ ਲਈ ਵੀ ਉਹ ਆਪਸ਼ਨ ਹੈ ਜੇ ਆਪਾਂ ਨੇ ਇਹ ਹੱਕਣੀ ਤਾਂ ਉਹ ਪਾਰਕਿੰਗ ਲੱਗ ਜਾਂਦੀ ਹੈ ਜੀ ਉੱਧਰੋਂ ਠੀਕ ਆ ਹਾਂਜੀ ਤਾਂ ਕਿਹਾ ਮੇਨ ਇੱਥੇ ਸੋਚਾ ਜੀ ਹਾਂਜੀ ਹਾਂਜੀ ਇਹੀ ਆ ਜੀ ਉਹ ਪਾਰਕ ਵਾਲੀ ਅਤੇ ਰਿਮੋਟ ਵਾਲਾ ਸਿਸਟਮ ਸੀ ਇੱਕ ਆਪਣੇ ਕੋਲ ਚਾਬੀਆਂ ਦੀਆਂ ਇਹਦੇ ਡਿਸਕ ਬ੍ਰੇਕ ਆ ਜੀ ਪੂਰੇ ਕੰਫਰਟੇਬਲ ਆ ਜੀ ਕੋਈ ਐਂ ਨਹੀਂ ਹੈਗਾ ਵੀ ਦੋਨੇ ਡਿਸਕ ਆ ਨਹੀਂ ਇੱਕ ਡਿਸਕ ਆ ਜੀ ਪਿਛਲੇ 'ਚ ਮੋਟਰ ਆ ਜਾਂਦੀ ਹੈ ਜੀ ਠੀਕ ਹੈ ਚਾਰਜਿੰਗ ਵਾਲਾ ਪੁਆਇੰਟ ਵੀ ਹੋ ਫਿਰ ਇਹਦਾ ਹਾਂਜੀ ਹਾਂਜੀ ਇਹ ਇੱਧਰ ਆ ਜੀ ਸੀ ਇਹ ਵਾਲਾ ਅੱਛਾ ਇਹ ਇੱਥੇ ਚਾਰਜ ਕਰੋ ਬਿਜਲੀ ਤੋਂ ਲਾਉਂਦੇ ਅਤੇ ਮੋਬਾਈਲ ਚਾਰਜਰ ਦੀ ਵੀ ਹੈਗੀ ਆ ਜੀ ਆਪਸ਼ਨ ਇਹਦੇ ਵਿੱਚ ਆਹ ਦੇਖੋ ਇੱਦਾਂ ਚਾਬੀ ਇਹਦੀ ਰਿਮੋਟ ਵਾਲੀ ਆਉਂਦੀ ਹੈਗੀ ਹਾਂਜੀ ਰਿਮੋਟ ਤੇ ਸਟਾਰਟ ਹੁੰਦੀ ਆ ਲੌਕ ਹੋ ਜਾਂਦੀ ਆ ਜਾਂਦੀ ਆ ਜੀ ਦੋ ਵਾਰੀ ਟੱਪੇ ਹੋ ਗਿਆ ਆਹ ਸਟਾਰਟ ਹੋ ਗਈ ਚਾਬੀ ਸਾਡੇ ਹੱਥ 'ਚ ਆ ਜੀ ਇੱਥੋਂ ਬੰਦ ਹੋ ਜਾਂਦੀ ਹੈ ਇੱਥੋਂ ਲੌਕ ਲੱਗ ਜਾਂਦੇ ਜੀ ਕਈ ਵਾਰੀ ਆਪਾਂ ਬਾਜ਼ਾਰ 'ਚ ਕਈ ਵਾਰੀ ਜਾਣਾ ਹੋਵੇ ਜੀ ਫਿਰ ਜੇ ਕੋਈ ਸੇੜ ਦਾ ਤਾਂ ਉਹ ਫਿਰ ਇੱਦਾਂ ਕਰੇ ਤਾਂ ਉਹ ਕਰਦੀ ਹੈ ਜੀ ਆਵਾਜ਼ ਕਰਦੀ ਤੇ ਆ ਡੱਗੀ ਦੇ ਵਿੱਚ ਫਿਰ ਕਿੰਨੇ ਕਿ ਕਿਹਦੇ ਸਪੇਸ ਆ ਗਈ ਡੱਗੀ ਦੇ ਵਿੱਚ ਹੁੰਦੀ ਆ ਕੁਝ ਵੀ ਰੱਖ ਸਕਦੇ ਆ ਜੀ ਆ ਇੰਤਾਂ ਦੂਜੇ ਮਾਡਲ ਪਏ ਹੈਗੇ ਆ ਸੀ ਜੀ ਇਹਦਾ ਚਾਰਜਰ ਆ ਜੀ ਚਾਰਜਰ ਦੀ 1 ਸਾਲ ਦੀ ਗਾਰੰਟੀ ਆ ਜੀ ਇਹਦੀ ਠੀਕ ਹੈ ਹਾਂਜੀ ਬੈਟਰੀਆਂ ਦੇ ਨੀਚੇ ਨੇ ਜੀ ਬੈਟਰੀਆਂ ਦੀ ਵੀ 1 ਸਾਲ ਦੀ ਗਾਰੰਟੀ ਹੈ ਜੀ ਇਹਦੀ ਮੋਟਰ ਦੀ ਵੀ 1 ਸਾਲ ਦੀ ਗਾਰੰਟੀ ਇਹ ਸ਼ੀਸ਼ੇ ਨੇ ਜੀ ਇਹ ਮੈਟ ਆ ਜੀ ਇਹਦਾ ਆ ਇੱਥੇ ਵੀ ਸੋਚਾ ਸਪਲਾਈ ਹੈ ਹਾਂਜੀ ਹਾਂਜੀ ਇਹ ਤੋਂ ਜੇ ਕਈ ਵਾਰੀ ਆਪਾਂ ਕਈ ਦਿਨ ਖੜਾਉਣੇ ਆ ਜੀ ਇੱਥੋਂ ਮੇਨ ਸਪਲਾਈ ਕੱਟ ਹੋ ਜਾਂਦੀ ਆ ਠੀਕ ਹੈ ਹਾਂਜੀ ਇੱਕ ਇਹ ਡੀਸੀ ਆ ਜੀ ਇੱਥੇ ਲਾਈਟਾਂ ਲਾਈਟ ਵਾਲਾ ਉਹਦੀ ਵੀ 1 ਸਾਲ ਦੀ ਗਾਰੰਟੀ ਹੈ ਜੀ ਅਤੇ ਇਹਦੇ ਵਿੱਚ ਹੀ ਇੱਥੇ ਕੰਟਰੋਲਰ ਆ ਜੀ ਬੈਟਰੀ ਦਾ ਜਿਹੜਾ ਸਿਸਟਮ ਆ ਅੱਗੇ ਭੇਜਦਾ ਉਹਦੀ ਵੀ 1 ਸਾਲ ਦੀ ਗਾਰੰਟੀ ਹੈ ਜੀ ਕਿੰਨੇ ਕੁ ਮਾਡਲ ਆ ਜਾਂਦੇ ਕੰਪਨੀ ਦੇ ਫਿਰ ਚਾਰ ਮਾਡਲ ਆ ਇੱਕ ਆਹ ਮਾਡਲ ਆਉਂਦਾ ਸਰ ਇਹਦੀ ਲੰਬਾਈ ਵੱਧ ਆ ਦੂਜਿਆਂ ਨਾਲੋਂ ਐਸਐਸਸੀ ਜਿਹੜੀ ਲੱਗੀ ਹੋਈ ਸਮਾਨ ਸਭ ਕੁਛ ਫਰੀ ਦੇਣਗੇ ਬਾਈ ਕਹਿੰਦੇ ਜੇ ਕਿਸੇ ਬਾਈ ਨੇ ਸਕੂਟਰੀ ਦਾ ਕੋਈ ਰੇਟ ਦਾ ਜਾਂ ਕੋਈ ਹੋਰ ਚੀਜ਼ ਦਾ ਪਤਾ ਕਰਨੀ ਆ ਤਾਂ ਬਾਈ ਦਾ ਤੁਹਾਨੂੰ ਕਾਰਡ ਦੱਸਦੇ ਹਾਂ ਇਹ ਪਾਗ ਦੇ ਦਿਨੇ ਤੋਂ ਪਤਾ ਲੱਗ ਜੂ ਆਹ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਕਾਰਡ ਹੈਗਾ ਇਹ ਬਰਨਾਲਾ ਇੱਧਰ ਕਿਹੜਾ ਰੋਡ ਵੱਜਦਾ ਬਾਜਾ ਖਾਨਾ ਚੌਂਕ ਤਰਕਸੀਰ ਚੌਂਕ ਕੋਲ ਇੱਥੇ ਕੰਟੈਕਟ ਕਰ ਸਕਦੇ ਤੁਸੀਂ पसंद आया तो प्लीज हमारे चैनल को लाइक कमेंट एंड सब्सक्राइब करना मत भूलिए।